ਬਹੁਤ ਪਿਆਰ ਵਾਲਾ ਜੱਥਾ ਭਾਈ ਸਾਹਿਬ ਭਾਈ ਪ੍ਰੀਤਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਮਨੋਰਬਾਣੀ ਦੁਆਰਾ ਨਿਹਾਲ ਕੀਤਾ ਹੈ। ਗੁਰੂ ਦੀ ਗੋਦ ਵਿੱਚ ਬੈਠ ਕੇ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੇ ਹਾਂ। ਸਤਿਗੁਰੂ ਜੀ ਨੇ ਸੁਹਾਵਣਾ ਸਮਾਂ ਬਖਸ਼ਿਸ਼ ਕੀਤਾ ਹੈ, ਸ਼ੁਕਰਾਨਾ ਕਰੀਏ ਸਤਿਗੁਰੂ ਜੀ, ਜਿੱਥੇ ਆਪ ਜੀ ਨੇ ਸਾਨੂੰ ਸਾਰੇ ਰੁਝੇਵੇਂ ਛੱਡ ਕੇ ਆਪਣੀ ਗੋਦ ਵਿੱਚ ਬਿਠਾਇਆ ਹੈ, ਉੱਥੇ ਨਾਲ ਨਾਲ ਅਸੀਂ ਕੀਰਤਨ ਨਾਲ ਜੁੜ ਜਾਈਏ ਤਾਂ ਕਿ ਸਾਡਾ ਇੱਥੇ ਆਇਆ ਸਫਲਾ ਹੋ ਜਾਏ। ਕਿਉਂਕਿ ਬਾਣੀ ਦਾ ਫਰਮਾਨ ਹੈ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੇ ਵਿੱਚ ਫਰਮਾਨ ਕਰਦੇ ਹਨ, ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਆਪਾਂ ਰੋਜ਼ ਪੜ੍ਹਦੇ ਹਾਂ ਪਰ ਵਿਚਾਰਨ ਦੀ ਲੋੜ ਹੈ, ਬਸ ਆਪਾਂ ਜੁੜ ਜਾਈਏ, ਸਾਡੀ ਝੋਲੀ ਵਿੱਚ ਕਿਨਕਾ ਪੈ ਜਾਏ, ਸਾਡੀਆਂ ਝੋਲੀਆਂ ਭਰ ਜਾਣਗੀਆਂ। ਭਾਈ ਸਾਹਿਬ ਭਾਈ ਪ੍ਰੀਤਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ। ਪੰਥ ਪ੍ਰਸਿੱਧ ਜੱਥਾ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਾਉਣ ਵਾਸਤੇ ਸਟੇਜ 'ਤੇ ਬਿਰਾਜਮਾਨ ਹੋ ਰਹੇ ਹਨ। ਬਾਬਾ ਕਰਮਵੀਰ ਸਿੰਘ ਜੀ ਬੇਦੀ, ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ, ਉਹਨਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ ਹੈ। ਜਿੱਥੇ ਆਪ ਜੀ ਕੀਰਤਨ ਨਾਲ ਜੁੜਨਗੇ ਉੱਥੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂ, ਆਪ ਜੀ ਵੀ ਜਿਤਨੀ ਬਾਣੀ ਆਪ ਜੀ ਨੂੰ ਕੰਠ ਹੈ ਜ਼ਰੂਰ ਸ਼ਬਦ ਨਾਲ ਪੜ੍ਹਨ ਦੀ ਕਿਰਪਾਲਤਾ ਕਰਿਆ ਕਰੋ। ਕਿਉਂਕਿ ਅੱਜ ਕੱਲ੍ਹ ਮੋਬਾਈਲ ਦੇ ਵਿੱਚ ਐਪ ਹੈ, ਸਾਰੇ ਸ਼ਬਦ ਆਪਾਂ ਨੂੰ ਮੋਬਾਈਲ 'ਚੋਂ ਹੀ ਮਿਲ ਜਾਂਦੇ ਹਨ। ਨਾਲ ਨਾਲ ਸ਼ਬਦ ਉਚਾਰਨ ਕਰਿਆ ਕਰੋ, ਕਿਉਂਕਿ ਸਾਡਾ ਇੱਥੇ ਬੈਠਣਾ, ਇੱਕ ਵਾਰੀ ਆਪਾਂ ਫਤਿਹ ਬੁਲਾਉਂਦੇ ਹਾਂ ਅਤੇ ਚਾਰ ਵਾਰ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ ਹੈ। ਅਤੇ ਜੇ ਆਪਾਂ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸਫਲਾ ਕਰਾਂਗੇ, ਸਤਿਗੁਰੂ ਜੀ ਦੇ ਦਰ ਤੋਂ ਖੁਸ਼ੀਆਂ ਖੇੜੇ ਲੈ ਕੇ ਜਾਵਾਂਗੇ। ਅੱਜ ਦਾ ਸਾਰਾ ਪ੍ਰੋਗਰਾਮ ਫਤਿਹ ਟੀ ਵੀ ਚੈਨਲ ਵੱਲੋਂ ਅਤੇ ਹਲਚਲ ਨਿਊਜ਼ ਵੱਲੋਂ, ਦੋਨੋਂ ਚੈਨਲਾਂ ਵੱਲੋਂ ਅੱਜ ਰਿਕਾਰਡਿੰਗ ਕੀਤੀ ਜਾ ਰਹੀ ਹੈ, ਜਿਸ ਦਾ ਪ੍ਰੋਗਰਾਮ ਦਾ ਡੀ ਲਾਈਵ ਉਹ ਆਪ ਜੀ ਨੂੰ ਬਾਅਦ ਵਿੱਚ ਦਿਖਾਇਆ ਜਾਵੇਗਾ। ਸਤਿਗੁਰ ਦੀ ਗੋਦ ਵਿੱਚ ਬੈਠੇ ਹਾਂ ਜਿੱਥੇ ਗੁਰੂ ਅਰਜਨ ਸਾਹਿਬ ਸੇਵਾ ਸੁਸਾਇਟੀ ਵਧਾਈ ਦੇ ਪਾਤਰ ਹਨ, ਕਿਉਂਕਿ ਪ੍ਰੋਗਰਾਮ ਨੂੰ ਕਰਾਉਣਾ ਬਹੁਤ ਮੁਸ਼ਕਲ ਹੈ, ਪੰਡਾਲ ਲੱਗੇ ਦੇ ਵਿੱਚ ਆ ਕੇ ਬੈਠਣਾ ਬਹੁਤ ਆਸਾਨ ਹੈ। ਕਿਉਂਕਿ ਮੈਨੂੰ ਪਤਾ ਹੈ ਕਿ ਕਈ ਕਈ ਦਿਨ ਸਾਰਾ ਮਾਇਆ ਦਾ ਅਰੇਂਜ ਕਰਨਾ, ਸਾਰਾ ਇਹ ਪ੍ਰੋਗਰਾਮ ਦਾ ਅਰੇਂਜ ਕਰਨਾ, ਲਾਈਟ ਸਾਊਂਡ ਟੈਂਟ ਰਾਗੀਆਂ ਨਾਲ ਕੰਸਰਨ ਕਰਨਾ ਬਹੁਤ ਲੰਬਾ ਟਾਈਮ ਲੱਗਦਾ ਹੈ। ਪਰ ਜਿੱਥੇ ਸਤਿਗੁਰ ਬਖਸ਼ਿਸ਼ ਕਰਦੇ ਹਨ, ਜਿਸ ਤੋਂ ਸਤਿਗੁਰ ਨੇ ਸੇਵਾ ਲੈਣੀ ਹੈ, ਉਹਦੇ ਪਿੱਠ 'ਤੇ ਹੱਥ ਰੱਖ ਦੇਣਾ ਹੈ। ਬਸ ਇਹ ਸਮਝ ਲਿਆ ਕਰੋ, ਜੇ ਸਾਡੇ ਭਾਗਾਂ ਵਿੱਚ ਇਹ ਸੇਵਾ ਆ ਗਈ ਤਾਂ ਸਾਡੇ ਪਿਛਲੇ ਕੋਈ ਕਰਮ ਹਨ ਕਿ ਆਪਾਂ ਗੁਰੂ ਦੀ ਗੋਦ ਵਿੱਚ ਜੁੜ ਬੈਠਾਂਗੇ ਅਤੇ ਸਾਰੀਆਂ ਸੰਗਤਾਂ ਵੀ ਆਪ ਜੀ ਦੇ ਉਪਰਾਲੇ ਨਾਲ ਜੁੜ ਜਾਣਗੀਆਂ। ਆਓ ਜੀ, ਸਟੇਜ 'ਤੇ ਬਿਰਾਜਮਾਨ ਹੋ ਚੁੱਕੇ ਹਨ ਬਾਬਾ ਕਰਮਵੀਰ ਸਿੰਘ ਜੀ ਬੇਦੀ, ਜਿਨ੍ਹਾਂ ਨੇ ਆਪ ਜੀ ਨੂੰ ਮਨੋਰਬਾਣੀ ਦੁਆਰਾ ਨਿਹਾਲ ਕਰਨਾ ਹੈ। ਆਪ ਜੀ ਦਰਸ਼ਨ ਕਰੋ, ਨਾਲ ਜੁੜੋ ਗੁਰਬਾਣੀ ਦੇ, ਗੁਰਬਾਣੀ ਸਰਵਣ ਕਰੋ, ਆਪ ਜੀ ਅਥਾ ਸਾਗਰ ਵਿੱਚ ਡੁੱਬ ਜਾਣ, ਆਪ ਜੀ ਨੂੰ ਗੁਰਬਾਣੀ ਦੇ ਅਥਾ ਸਾਗਰ ਵਿੱਚ ਡੁਬੋ ਕੇ ਲੈ ਜਾਣ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ, ਫਤਿਹ ਢਿੱਲੀ ਨਾ ਬੁਲਾਇਓ, ਹੱਥ ਜੋੜ ਕੇ ਬੇਨਤੀ ਹੈ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਇਤਨੀ ਵੀ ਘੱਟ ਨਹੀਂ ਹੈ ਕਿ ਆਪ ਜੀ ਦੀ ਫਤਿਹ ਢਿੱਲੀ ਆ ਜਾਏ। ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਫਤਿਹ ਢਿੱਲੀ ਨਾ ਬੁਲਾਇਆ ਕਰੋ। ਕਲਗੀਧਰ ਪਾਤਸ਼ਾਹ ਨੇ ਸਾਨੂੰ ਇੱਕ ਚੀਜ਼ ਬਖਸ਼ੀ ਹੈ, ਫਤਿਹ ਤੇ ਜੈਕਾਰਾ। ਸਤਿਗੁਰ ਦੀ ਕਿਰਪਾ ਦੇ ਨਾਲ ਜੇ ਸਾਨੂੰ ਫਤਿਹ, ਮੈਂ ਪਹਿਲਾਂ ਹੀ ਬਚਨ ਕਰਕੇ ਹਟਿਆ ਹਾਂ, ਜੇ ਆਪਾਂ ਫਤਿਹ ਬੁਲਾਉਂਦੇ ਹਾਂ ਦੋ ਵਾਰ ਵਾਹਿਗੁਰੂ ਮੁਖਾਰਬਿੰਦ 'ਚੋਂ ਸੁਣਨ ਨੂੰ ਮਿਲਦਾ ਹੈ, ਦੋ ਵਾਰ ਆਪਾਂ ਜਪ ਲੈਂਦੇ ਹਾਂ, ਚਾਰ ਵਾਰ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ ਹੈ। ਬੇਨਤੀ ਪ੍ਰਵਾਨ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬ੍ਰਹਮ ਪੂਰੇ ਏ
ਆਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਹਰ ਜਸ ਮਿੱਠਾ ਲੱਗੇ ਤੇਰਾ ਪਹਿਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲੱਗੇ ਤੇਰਾ ਪਹਿਣਾਰਾ ਮਿੱਠਾ ਲੱਗੇ ਤੇਰਾ ਪਹਿਣਾਰਾ ਮਿੱਠਾ ਲੱਗੇ ਤੇਰਾ ਪਹਿਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਪਾਣਾ ਤੇਰਾ ਪਾਣਾ ਮਿੱਠਾ ਲੱਗੇ ਤੇਰਾ ਜਪ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਜਪ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਖੇਲ ਆਪ ਕਰ ਦੇਖੇ ਠਾਕੁਰ ਰਚ ਰਚਾਇਆ ਆਪਣਾ ਖੇਲ ਆਪ ਕਰ ਦੇਖੇ ਠਾਕੁਰ ਰਚ ਰਚਾਇਆ ਤੇਰਾ ਪਾਣਾ
कीमत न पाए मिठा
ਲੰਘੈ ਤੇਰਾ ਪਹਾੜਾ ਮਿੱਠਾ ਲੱਗੈ ਤੇਰਾ ਪਹਾੜਾ ਮਿੱਠਾ ਲੱਗੈ ਤੇਰਾ ਪਹਾੜਾ ਮਿੱਠਾ ਲੱਗੈ ਤੇਰਾ ਪਹਾੜਾ ਸੱਚ ਟੇਕ ਤੂੰ ਮੇਰੇ ਸਤਿਗੁਰ ਸੱਚ ਟੇਕ ਤੂੰ
सच टेक तू देख तुम्हारा दर्शनों देख तुम्हारा दर्शनों सच देख मेरे सतगुरु को रे मेरे सतगुरु को रे मैं गरीब सच देख तू सच टेक तू ओए न किस ही संग काहे कर दिए कोए न किस ही संग काहे कर दिए एक नाम वदार को जल तर दिए एक नाम आधार को जल तर दिए भोजन तर पिए भोजन तर पिए मैं गरीब सच टेक तू सच टेक तू मेरे सतगुरु पूरे मेरे सतगुरु पूरे मैं गरीब सच टेक तू मैं गरीब सच टेक तू राजमाल जंजाल काज न किते गनो राजमाल जंजाल काज न किते गनो हर कीर्तन आधार ने चल के तनो हर कीर्तन आधार ने चल के तनो मेह चल के तनो मेह चल के तनो गरीब
ब्रह्म ज्ञानी की शोभा ब्रह्म ज्ञानी बनी ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्ब का तनी नानक ब्रह्म ज्ञानी सर्ब का तनी ब्रह्म ज्ञानी की शोभा ब्रह्म ज्ञानी बनी 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 नानक ब्रह्म ज्ञानी सर्ब का तनी नानक ब्रह्म ज्ञानी सर्ब का तनी ब्रह्म ज्ञानी की शोभा ब्रह्म ज्ञानी बनी ब्रह्म ज्ञानी की शोभा ब्रह्म ज्ञानी बनी सब सृष्टि का कर्ता आओ गुरु प्यारी सात संगत जीओ आपां नित शब्द पढ़ते हाँ सारी संगत नूं शब्द चेते है गुरु दरबार विच जुड़े हाँ तो अपनी हाजरी सतगुरु पातशाह जी के पावन चरणों विच लगवा लईए तन करके हाजर हाँ मन करके भी हाजरी लग जाए रसना करके भी हाजरी लग जाए नेत्रां करके तो आपां दर्शन परस ही रहे हाँ सो आओ सारी संगत रसना नूं पवित्र करिए जी ब्रह्म ज्ञानी सब सृष्टि का करता ब्रह्म ज्ञानी सब सृष्टि का करता ब्रह्म ज्ञानी सद जीवै नहीं मरता ब्रह्म ज्ञानी सद जीवै नहीं मरता ब्रह्म ज्ञानी सद जीवै नहीं मरता ब्रह्म
ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी। नानक ब्रह्म ज्ञानी सर्ब का तनी, नानक ब्रह्म ज्ञानी सर्ब का तनी, ब्रह्म ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी। ज्ञानी मुकत जुगत जी का दाता, ब्रह्म ज्ञानी मुकत जुगत जी का दाता, ब्रह्म ज्ञानी पूरन पुरख विधाता, विधाता ब्रह्म ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी। नानक ब्रह्म ज्ञानी सर्व का धनी, नानक ब्रह्म ज्ञानी सर्व का धनी, ब्रह्म ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी। ब्रह्म ज्ञानी अनाथ कनाथ, ब्रह्म ज्ञानी का सब ऊपर हाथ, ब्रह्म ज्ञानी का सब ऊपर हाथ, ब्रह्म ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी। नानक ब्रह्म ज्ञानी सर्व का धनी, नानक ब्रह्म ज्ञानी सर्व का धनी, ब्रह्म ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी। ब्रह्म ज्ञानी का सकल आकार, ब्रह्म ज्ञानी का सकल आकार, ब्रह्म ज्ञानी
आप निरंकार। ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी। नानक ब्रह्म ज्ञानी सर्व का धनी, नानक ब्रह्म ज्ञानी सर्व का धनी, ब्रह्म ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी, ब्रह्म ज्ञानी की शोभा ब्रह्म ज्ञानी बनी। वाहेगुरु। सो आओ गुरु प्यारेओ, इतने सेवा प्रवान करने जी, सतगुरु जी की अगाध बोध बाणी का गायन करदिया कीर्तन करदिया हुई बेअंत प्रकार दियां फुलां चुकां दी खिमा। आओ जी फतेह दी सांझ पाईए, गज के फतेह बुलाओ जी। वाहेगुरु जी का खालसा, वाहेगुरु जी की फतेह।